ਮੈਨੂੰ ਪਦਮ ਸ਼੍ਰੀ ਔਫਰ ਹੋਇਆ ਸੀ। ਮੈਂ ਕਿਹਾ ਜੀ ਮੈਂ ਆਈ ਵਿਲ ਨੈਵਰ ਐਕਸੈਪਟ ਜਦ ਤੱਕ ਰਾਜਗੁਰੂ ਸੁਖਦੇਵ ਅਤੇ ਭਗਤ ਸਿੰਘ ਹੋਣਾ ਨੂੰ ਭਾਰਤ ਰਤਨ ਅਨਾਊਂਸ ਨਹੀਂ ਕੀਤਾ ਜਾਂਦਾ, ਮੈਂ ਪਦਮ ਸ਼੍ਰੀ ਐਕਸੈਪਟ ਨਹੀਂ ਕਰੂੰਗਾ। ਕਲ ਤਾਰਨ ਗੁਰੂ ਨਾਨਕ ਆਇਆ, ਨਾਨਕ ਆਇਆ। ਅਤੇ ਬਸ ਇਸ ਕਰਕੇ ਨਾ ਗਾਈ ਜਾਈਏ ਕਿ ਚਲੋ ਸੁਖਵਿੰਦਰ ਗਾਉਂਦਾ ਮੈਂ ਵੀ ਗਾਉਣਾ, ਮੈਂ ਵੀ, ਮੈਨੂੰ ਵੀ ਔਸਕਰ ਮਿਲਣਾ ਚਾਹੀਦਾ। ਨਹੀਂ ਤਾਂ ਇੱਦਾਂ ਪਹਿਲੀਆਂ ਵੇਚ ਵੇਚ ਕੇ ਗਾ ਕੇ ਤਾਂ ਫਾਇਦਾ ਨਹੀਂ ਫਿਰ। ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦਾ ਸਵਾਗਤ ਹੈ। ਪਿਆਰੇ ਦਰਸ਼ਕੋ, ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਜਿਨ੍ਹਾਂ ਨੂੰ ਬੜੀ ਬੁਲੰਦ ਆਵਾਜ਼ ਕਰਕੇ ਜਾਣਿਆ ਜਾਂਦਾ ਹੈ, ਸਰਦਾਰ ਸੁਖਵਿੰਦਰ ਸਿੰਘ। ਇਹਦੇ ਨਾਲ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਇੱਕ ਨਗਰ ਕੀਰਤਨ ਪਾਕਿਸਤਾਨ ਤੋਂ ਪੂਰੇ ਇੰਡੀਆ ਦੇ ਵੱਖ ਵੱਖ ਸ਼ਹਿਰਾਂ ਤੱਕ ਸਜਾਇਆ ਜਾ ਰਿਹਾ ਹੈ, ਉਹਦੇ ਵਿੱਚ ਜਿਹੜਾ ਥੀਮ ਸ਼ਬਦ ਜਿਹੜਾ ਗਾਇਨ ਕੀਤਾ ਜਾਵੇਗਾ ਉਹਦੀ ਸੇਵਾ ਸੁਖਵਿੰਦਰ ਸਿੰਘ ਹੋਣਾ ਨੇ ਐਜ ਏ ਗਾਇਕ ਨਿਭਾਈ ਹੈ। ਅਸੀਂ ਉਹ ਸ਼ਬਦ ਸਰਵਣ ਵੀ ਕੀਤਾ ਹੈ ਇੱਥੇ। ਬਹੁਤ ਹੀ ਮਿੱਠੀ, ਮਧੁਰ ਅਤੇ ਬੁਲੰਦ ਆਵਾਜ਼ ਦੇ ਵਿੱਚ ਇਹ ਸ਼ਬਦ ਗਾਇਨ ਕੀਤਾ ਗਿਆ ਹੈ। ਆਓ ਇਸ ਸੰਬੰਧੀ ਸਰਦਾਰ ਸੁਖਵਿੰਦਰ ਸਿੰਘ ਹੋਰਾਂ ਨਾਲ ਤੁਹਾਡੇ ਨਾਲ ਰੂਬਰੂ ਕਰਾਉਂਦੇ ਹਾਂ ਜੀ। ਸੁਖਵਿੰਦਰ ਜੀ, ਤੁਹਾਡਾ ਬਹੁਤ ਬਹੁਤ ਅਜੀਤ ਵੈਬ ਟੀਵੀ 'ਤੇ ਸਵਾਗਤ ਹੈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬਹੁਤ ਖੁਸ਼ੀ ਆ ਕਿ ਇੱਦਾਂ ਦੇ ਜਿਹੜੇ ਅਪਰਚੁਨਿਟੀ ਆ, ਇਸ ਇਹ ਆਪਣਾ ਕਿਸਮਤ ਦਾ ਵੀ ਆਪਣਾ ਇੱਕ ਸੁਭਾਅ ਹੁੰਦਾ ਵਾ, ਉਹ ਵੀ ਉੱਥੇ ਜਾ ਕੇ ਚਮਕਦੀ ਆ ਜੇਕਰ ਕੋਈ ਉਹਦੀ ਕਦਰ ਕਰੇ। ਅਤੇ ਸਾਡੀ ਤਾਂ ਕਿਸਮਤ ਇਹੀ ਇਹੋ ਹੀ ਆ ਜੋ ਮੈਨੂੰ ਮਹਿਸੂਸ ਹੋਇਆ ਕਿ ਗੁਰੂਆਂ ਦੀ, ਵਲੀਆਂ ਦੀ, ਪੀਰਾਂ ਦੀ, ਉਹਨਾਂ ਵੱਡੇ ਵੱਡੇ ਜਿਹੜੇ ਜਿਨ੍ਹਾਂ ਨੇ ਇਸ ਸਮਾਜ ਨੂੰ ਕੁਛ ਦਿੱਤਾ ਹੋਵੇ ਉਹਨਾਂ ਦੇ ਚਰਨ ਸਪਰਸ਼ ਕਰਦਾ ਰਹਾਂ, ਉਹਨਾਂ ਦੀ ਬਾਣੀ ਗਾਉਂਦਾ ਰਹਾਂ। ਔਰ ਇਹ ਤਾਂ ਮੈਂ ਬਚਪਨ 'ਚੋਂ ਹੀ ਸ਼੍ਰੀ ਦਰਬਾਰ ਸਾਹਿਬ ਇੱਥੇ ਕਰਦਾ ਰਿਹਾ, ਸੇਵਾ ਵੀ ਕਰਦਾ ਰਿਹਾ, ਸ਼ਬਦ ਗੁਰਬਾਣੀ ਗਾਉਂਦਾ ਵੀ ਰਿਹਾ। ਔਰ ਉਸੇ ਕੰਠ 'ਚੋਂ ਫਿਰ ਫਿਲਮੀ ਗਾਣੇ ਵੀ ਨਿਕਲੇ, ਪਰ ਉਹਦਾ ਪ੍ਰਤਾਪ ਸਾਰਾ ਗੁਰੂ ਨਗਰੀ ਦਾ ਹੀ ਹੈ ਜੀ। ਸੁਖਵਿੰਦਰ ਸਿੰਘ ਜੀ, ਇਹ ਸ਼ਬਦ ਜਿਹੜਾ ਕੱਲ੍ਹ ਤਾਰਨ ਗੁਰੂ ਨਾਨਕ ਆਇਆ ਥੀਮ ਸ਼ਬਦ ਜਿਹੜਾ SGPC ਨੇ ਚੋਣ ਕੀਤੀ ਹੈ, ਆਪ ਜੀ ਨੂੰ ਗਾਉਣ ਦਾ ਸੁਭਾਗ ਪ੍ਰਾਪਤ ਹੋਇਆ, ਇਹਨੂੰ ਰਿਕਾਰਡ ਕਰਾਉਣ 'ਚ ਜਾਂ ਇਹਦੇ ਬਾਰੇ ਕਿਵੇਂ ਫੁਰਨਾ ਫੁਰਿਆ ਜਾਂ ਕਿਵੇਂ ਮੌਕਾ ਮਿਲਿਆ? ਅਸੀਂ ਤਕਰੀਬਨ 6 ਜਣੇ ਸੀ, ਆਪਣਾ ਪੂਨਾ ਤੋਂ ਮੈਂ, ਆਪਣੇ ਖਾਲਸਾ ਹੀ ਨੇ ਆਪਣੇ, ਉਹਨਾਂ ਨੂੰ ਐਂਡ ਵੈਰੀ ਮਾਡਰਨ ਐਂਡ ਟੈਕਨੀਸ਼ੀਅਨਸ ਵੀ ਬੜੇ ਸਟਰੋਂਗ ਨੇ, ਦੇ ਪਲੇ ਐਵਰੀ ਕਾਇੰਡ ਆਫ ਮਿਊਜ਼ਿਕ। ਉਹਨਾਂ ਨੂੰ ਮੈਂ ਫੋਨ ਕੀਤਾ, ਮੈਂ ਕਿਹਾ ਆ ਜਾਓ, ਇੱਕ ਬਹੁਤ ਵੱਡੇ ਜਸ਼ਨ ਦੀ ਤਿਆਰੀ ਹੋਈ ਹੈ। ਅਤੇ ਜਦੋਂ ਉਹਨਾਂ ਨੂੰ ਮੈਂ ਕੰਟੈਂਟ ਦੱਸਿਆ ਬਾਬਾ ਜੀ ਦਾ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ, ਤਾਂ ਮੈਂ ਉਹਨਾਂ ਨੂੰ ਕਿਹਾ ਕੱਲ੍ਹ ਆ ਜਾਓ। ਤਾਂ 2-3 ਘੰਟੇ ਬਾਅਦ ਮੇਰੇ ਦਰਵਾਜ਼ੇ ਦੇ ਸਾਹਮਣੇ, ਕਹਿੰਦੇ ਹੁਣੇ ਸ਼ੁਰੂ ਕਰ ਲਈਏ। ਮੈਂ ਕਿਹਾ ਮੇਰੀ ਵੀ ਕੋਸ਼ਿਸ਼ ਇਹੋ ਹੀ ਸੀ, ਮੈਂ ਤਾਂ ਸ਼ੁਰੂ ਕੀਤਾ ਦਾ ਹੀ ਹੈ। ਅਤੇ ਫਿਰ ਅਸੀਂ ਉਦਨ ਘਰ, ਫਿਰ ਅਸੀਂ, ਮੈਂ ਆਪਣੇ ਜਿਹੜੇ ਕੁੱਕ ਨੇ, ਮੈਂ ਕਿਹਾ ਅੱਜ ਲੰਗਰ ਦੇ ਸੁਭਾਅ ਨਾਲ ਬਣਾਓ ਖਾਣਾ, ਅਤੇ ਥੱਲੇ ਟਾਟ ਵਿਛਾਓ, ਹਾਂਜੀ, ਅਤੇ ਘਰ ਅੱਜ ਬਾਣੀ ਹੋਣੀ ਹੈ, ਅੱਜ ਬਾਬਾ ਜੀ ਦਾ, ਅੱਜ ਦਾ ਦਿਨ ਸਭ ਤੋਂ ਵੱਡਾ ਮੰਨਿਆ ਜਾਂਦਾ। ਜਿਵੇਂ ਕ੍ਰਿਸਚਨ 'ਚ ਕਹਿੰਦੇ ਨਾ ਕੋਈ ਦਿਨ ਹੁੰਦਾ ਜਿਹਦੇ ਆਵਰਸ ਵੀ ਥੋੜ੍ਹੇ ਜ਼ਿਆਦਾ ਹੁੰਦੇ ਆ, ਮੈਂ ਕਿਹਾ ਅੱਜ ਜ਼ਿੰਦਗੀ ਜਿੱਡਾ ਲੰਬਾ ਦਿਨ ਆ, ਅੱਜ ਲਾਈਫ ਜਿੱਡਾ ਲੰਬਾ ਦਿਨ ਆ, ਰੱਬ ਜਿੱਡਾ ਲੰਬਾ ਦਿਨ ਆ, ਅਤੇ ਇਹਨੂੰ ਅੱਜ ਮਨਾਉਣਾ। ਅਸੀਂ ਫਿਰ ਸਾਰੇ ਜਿਹਨੇ ਬੈਠੇ, ਕਈਆਂ ਦੇ ਹੱਥ 'ਚ ਇਲੈਕਟ੍ਰੋਨਿਕ ਇੰਸਟਰੂਮੈਂਟ ਸੀ, ਕਈਆਂ ਦੇ ਹੱਥ 'ਚ ਉਹ ਸੀ, ਲੇਕਿਨ ਜਦੋਂ ਇਲੈਕਟ੍ਰੋਨਿਕ ਉਹਨਾਂ ਨੇ ਵਜਾਇਆ ਨਾ, ਤਾਂ ਪਹਿਲਾਂ ਮੈਂ ਥੋੜ੍ਹਾ ਜਿਹਾ, ਮੈਨੂੰ ਇਹ ਸੀ ਕਿ ਹਿਰਕ ਕਿ ਸਾਡੇ ਉਹ ਟ੍ਰੈਡੀਸ਼ਨ ਨਹੀਂ ਜਾਣਾ ਚਾਹੀਦਾ, ਬਟ ਦ ਮੂਮੈਂਟ ਦੇ ਸਟਾਰਟ ਪਲੇਇੰਗ, ਤਾਂ ਉਹ ਇਲੈਕਟ੍ਰੋਨਿਕ ਵੀ ਜਿਹੜਾ ਨਾ ਉਹ ਵੀ ਪੰਛੀਆਂ ਵਾਂਗੂ ਚਹਿਕਣ ਲੱਗ ਪਿਆ। ਅਤੇ ਉਹ ਅਸੀਂ ਤਕਰੀਬਨ ਹੁਣ ਟਾਈਮ 'ਤੇ ਘੜੀ ਦੇਖ ਕੇ ਤਾਂ ਮੈਂ ਕਦੀ ਗਾਇਆ ਨਹੀਂ, ਮੈਂ ਤਾਂ ਘੜੀਆਂ ਬੰਨ੍ਹ ਕੇ ਜਾਂਦਾ ਹੀ ਨਹੀਂ ਹੈ। ਅਤੇ ਅੱਜ ਮੈਨੂੰ ਧੱਕੇ ਨਾਲ ਹੀ ਪਵਾ ਤੇ ਆਪਣਾ
ਕਹਿੰਦੇ ਆਪਣਾ ਉਹ ਲੋਕਾਂ ਦੀ ਜ਼ਬਾਨ 'ਤੇ ਗੋਲਡਨ ਟੈਂਪਲ ਵੀ ਚੜਿਆ ਤਾ, ਮੈਂ ਤਾਂ ਸ਼੍ਰੀ ਦਰਬਾਰ ਸਾਹਿਬ ਹੀ ਕਹਿੰਦਾ, ਅਤੇ ਕਹਿੰਦੇ ਅੱਜ ਫਿਰ ਗੋਲਡ ਪਾ ਕੇ ਜਾਓ ਤੁਸੀਂ ਵੀ। ਮੈਂ ਕਿਹਾ ਉਹ ਤਾਂ ਸੋਹਣਾ ਤਾਂ ਬਾਬਾ ਜੀ ਇਹਦਾ, ਉਹਨਾਂ ਦਾ ਨੂਰ ਹੈ, ਉਹਨਾਂ ਦਾ ਚਿਹਰਾ ਸਾਰੇ ਆਪਣੇ ਬਾਬਾ ਜੀ ਦਾ। ਅਤੇ ਉਹ ਫਿਰ ਅਸੀਂ ਸਾਰਿਆਂ ਨੇ ਮਿਲ ਕੇ ਫਿਰ ਬਾਣੀ ਗਾਈ ਵੀ, ਅਸੀਂ ਰਿਕਾਰਡ ਵੀ ਕੀਤੀ, ਔਰ ਰਿਕਾਰਡ ਵੀ ਇੱਦਾਂ ਕੀਤੀ ਕਿ ਅਸੀਂ ਗੋਲ ਸਾਰੇ ਹੋ ਕੇ ਬਹਿ ਗਏ ਅਤੇ ਮਾਈਕ ਲਾ ਤੇ ਵਿੱਚ, ਅਤੇ ਅਸੀਂ ਉਹਨੂੰ ਫਿਰ ਟੈਕਨੀਕਲੀ ਸਾਰੇ ਬੜੇ ਸਟਰੋਂਗ ਨੇ ਸੰਗਤ ਰੂਪ 'ਚ, ਸੰਗਤ ਰੂਪ ਦੇ ਵਿੱਚ ਗਾਇਆ। ਅਤੇ ਪ੍ਰਭਾਤ ਫੇਰੀ ਦਾ ਅਸੀਂ ਮੁੱਖ ਬਣਾ ਲਿਆ ਕਿ ਜੋ ਪ੍ਰਭਾਤ ਫੇਰੀ 'ਚ ਸਵੇਰੇ ਸਵੇਰੇ ਬਾਬਾ ਜੀ ਦੀ ਬਾਣੀ ਗਾਉਂਦੇ ਨੇ ਉਹੀ ਰੂਪ ਰੱਖਣਾ ਵਾ। ਮੇਰੇ ਅੱਖਾਂ 'ਚ ਨਾ ਥਰੂ ਆ ਗਏ ਕਿਉਂਕਿ ਮੈਂ ਜਦੋਂ 8-9 ਸਾਲ ਦੀ ਉਮਰ 'ਚ ਗਾਇਆ ਸੀ ਇਹੋ, ਕੱਲ੍ਹ ਤਾਰਨ ਗੁਰੂ ਨਾਨਕ ਆਇਆ ਸੁਨੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਤੁਸੀਂ ਦੱਸ ਰਹੇ ਸੀ ਸੁਖਿੰਦਰ ਸਿੰਘ ਜੀ ਇਹੀ ਸ਼ਬਦ ਕੱਲ੍ਹ ਤਾਰਨ ਗੁਰੂ ਨਾਨਕ ਆਇਆ, ਤੁਹਾਨੂੰ ਛੋਟੀ ਉਮਰ ਦੇ ਵਿੱਚ ਇੱਥੇ ਹਰਿਮੰਦਰ ਸਾਹਿਬ ਦੇ ਮੰਜੀ ਸਾਹਿਬ ਦੀਵਾਨ ਹਾਲ 'ਚ ਗਾਉਣ ਦਾ ਮੌਕਾ ਮਿਲਿਆ ਸੀ ਉਹਦੇ ਬਾਰੇ? ਜੀ ਮੈਂ ਬਹੁਤ ਛੋਟਾ ਸੀ, ਮੈਂ ਤਾਂ ਤੁਹਾਨੂੰ ਦੱਸੀ ਜਾ ਰਿਹਾ, ਮੈਂ ਇੱਕ ਸ਼ਬਦ ਵਾਰ ਵਾਰ ਵਰਡ ਤਿਲਕਣ ਵਾਲੀ ਗੱਲ ਕਹਿਤੀ ਆ ਕਿ ਅਸੀਂ ਤੁਰਦੇ ਤੁਰਦੇ ਜਿੱਦਾਂ ਡਿੱਗ ਪੈਣਾ, ਏਡੇ ਛੋਟੇ ਜਿਹੇ ਹੁੰਦੇ ਨਾ ਨਿਆਣੇ ਜੇ, ਫਿਰ 8-9 ਸਾਲ ਦੀ ਉਮਰ 'ਚ ਫਿਰ ਉਹਨਾਂ ਨੇ ਪੂਰੀ ਐਡਮਿਨਿਸਟ੍ਰੇਟਿਵ ਨਾਲ ਕੀਤਾ ਕਿ ਸਿਤਾਰਾ ਮੇਰਾ ਨਾਂ ਇੱਥੇ ਹੀ ਰੱਖਿਆ ਗਿਆ ਵਾ। ਸਿਤਾਰਾ ਅੱਜ ਵੀ ਗੌਰ ਨਹੀਂ ਕੀਤਾ ਹੋਣਾ ਕਿ ਸੁਖਵਿੰਦਰ ਸਿੰਘ ਤਾਂ ਕਹਿ ਰਹੇ ਨੇ, ਪਰ ਜਿਹੜੇ ਇੱਥੋਂ ਦੇ ਰਹਿੰਦੇ ਨੇ ਜੋ ਵੀ ਉਹ ਹੁਣ ਵੀ ਸਿਤਾਰਾ ਹੀ ਕਹਿ ਰਹੇ ਨੇ ਮੈਨੂੰ ਫੋਨ ਕਰਕੇ ਕਿ ਸਿਤਾਰੇ ਇੱਧਰ ਆ ਜਾ ਯਾਰ ਸਾਡੇ ਕੋਲ ਵੀ, ਹੈ ਨਾ, ਹੁਣ ਵੀ ਸੁਖਵਿੰਦਰ ਸਿੰਘ ਵੀ ਨਹੀਂ ਕਹਿੰਦੇ, ਪੁਰਾਣੇ ਸਮੇਂ ਸੁਖਵਿੰਦਰ ਸਿੰਘ ਸਿਤਾਰਾ ਦੇ ਨਾਂ ਨਾਲ, ਉਹ ਅੱਜ ਵੀ ਉਹਨਾਂ ਦੇ ਜ਼ਬਾਨ 'ਤੇ ਸਿਤਾਰਾ ਹੀ ਆ। ਹਾਂਜੀ, ਅਤੇ ਉਹ ਇੱਥੋਂ ਦਾ ਹੀ ਚਮਕਦਾ ਸਿਤਾਰਾ ਵਾ। ਹਾਂਜੀ, ਅਤੇ ਉਹ ਫਿਰ ਸ਼੍ਰੀ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਬਾਣੀ ਗਾਉਣ ਦਾ ਮੌਕਾ ਮਿਲਿਆ 8-9 ਸਾਲ ਦੀ ਉਮਰ 'ਚ, ਔਰ ਉਸੇ ਹੀ ਵੇਲੇ ਮੈਨੂੰ ਤੀਰ ਕਮਾਨ ਵੀ ਭੇਟਾ ਹੋਇਆ, ਜਿਹੜਾ ਕਿ ਇੱਕ ਬਹੁਤ ਹੀ ਅੱਛਾ ਰਿਸਪੈਕਟੇਬਲ ਸਨਮਾਨ ਮੰਨਿਆ ਜਾਂਦਾ। ਅਤੇ ਦੈਨ ਆਈ ਸਟਾਰਟਡ, ਮੈਂ ਫਿਰ ਕੀਰਤਨ ਦਰਬਾਰ 'ਚ ਗਾਉਣਾ, ਰਿਆਜ਼ ਕਰਨੇ, ਇੱਕ ਮੇਰੀ ਕੋਸ਼ਿਸ਼ ਹਮੇਸ਼ਾ ਰਹੀ। ਮੈਂ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਮੈਨੂੰ ਇੱਕ ਬਹੁਤ ਇੰਪੋਰਟੈਂਟ ਗੱਲ ਪਤਾ ਲੱਗੀ ਕਿ ਇਹ ਪੂਰੇ ਵਰਲਡ ਦਾ ਸਭ ਤੋਂ ਪਹਿਲਾ ਔਰ ਇੱਕ ਅਨੋਖਾ ਗ੍ਰੰਥ ਹੈ ਜਿਹੜੇ ਜਿਨ੍ਹਾਂ ਦੇ ਸਾਰੇ ਸ਼ਬਦ ਜਿਹੜੇ ਰਾਗਾਂ 'ਤੇ ਆਧਾਰਿਤ ਨੇ। ਮੈਂ ਉਹਨਾਂ ਰਾਗਾਂ 'ਤੇ ਆਧਾਰਿਤ ਹੀ ਅੱਜ ਤੱਕ ਉਹ ਸ਼ਬਦ ਗਾਏ, ਔਰ ਮੈਂ ਸੋਚਿਆ ਜੇਕਰ ਗੁਰੂਆਂ ਪੀਰਾਂ ਨੇ ਇਹ ਅਗਰ ਉਹਨਾਂ ਦੇ ਨਾਲ ਰਾਗਾਂ ਦੇ ਨਾਂ ਜੋੜੇ ਨੇ ਤਾਂ ਉਹਦੇ ਪਿੱਛੇ ਵੀ ਕੁਝ ਸਦਕਾ ਹੋਣਾ। ਅਤੇ ਸਾਡੇ ਕਈ ਰਾਗੀ ਜਿੱਥੇ ਬੜਾ ਅੱਛਾ ਗਾਉਂਦੇ ਨੇ, ਬਹੁਤ ਅੱਛਾ ਗਾਉਂਦੇ ਨੇ, ਬੜਾ ਮੈਂ ਬਹੁਤ ਕਾਫੀ ਜਣਿਆਂ ਦਾ ਫੈਨ ਹੈ, ਲੇਕਿਨ ਇਸ ਗੱਲ ਨੂੰ ਅਗਰ ਕੋਈ ਹੋਰ ਵੀ ਫਾਲੋ ਕਰਨ ਤਾਂ ਉਹ ਬੜੀ ਰਮਜ ਸਾਹਮਣੇ ਆਏਗੀ ਤੁਹਾਡੇ, ਅੱਛਾ ਲੱਗੇਗਾ। ਸੁਖਿੰਦਰ ਜੀ, ਤੁਸੀਂ ਬਹੁਤ ਬਾਲੀਵੁੱਡ ਦੇ ਬੜੀਆਂ ਪ੍ਰਸਿੱਧ ਫਿਲਮਾਂ ਦੇ ਔਰ ਹਾਲੀਵੁੱਡ ਦੀਆਂ ਫਿਲਮਾਂ ਤੱਕ ਵੀ ਗਾਇਆ, ਤੁਹਾਨੂੰ ਬੜੇ ਇਨਾਮ ਸਨਮਾਨ ਵੀ ਮਿਲੇ ਆ, ਇਹ ਸ਼ਬਦ ਗਾਇਨ ਕਰਕੇ ਜਿਹੜਾ ਇਤਿਹਾਸਿਕ ਮੌਕਾ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, ਉਹਦੇ ਮੌਕੇ ਆਪ ਜੀ ਨੂੰ ਜਿਹੜਾ ਮੌਕਾ ਮਿਲਿਆ ਇਹ ਸ਼ਬਦ ਨੂੰ ਗਾਇਨ ਕਰਨ ਦਾ, ਇਹਦੇ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋ? ਇਸ ਇਹ ਜਿਹੜਾ ਮੌਕਾ ਜੀ, ਇਹਦੇ ਸਾਹਮਣੇ ਤਾਂ ਸਾਰੇ ਅਵਾਰਡ ਫਿੱਕੇ ਜੀ, ਮੈਂ ਸਮਝਦਾ ਕਿ ਅਵਾਰਡ ਇੱਕ ਗਿਫਟ ਹੁੰਦੇ ਨੇ, ਇੱਕ ਮਾਨ ਸਨਮਾਨ ਵਧਾਉਂਦੇ ਨੇ, ਪਰ ਇਹਦੇ ਨਾਲ ਤਾਂ ਤੁਹਾਡੀ ਜ਼ਿੰਦਗੀ ਸਵਰਦੀ ਹੈ, ਇਹ ਤਾਂ ਤੁਹਾਡੇ ਕਰੀਅਰ, ਤੁਹਾਡੀ ਸੋਚ, ਤੁਹਾਡੇ ਦਿਮਾਗ ਦੀ ਉਪਜ ਤੋਂ ਬਹੁਤ ਉੱਪਰ ਦੀ ਚੀਜ਼ ਹੈ, ਜਿਹੜੇ ਤੁਹਾਡੇ ਆਤਮਾ ਨੂੰ ਪ੍ਰਸੰਨ ਕਰਦੇ, ਤੁਹਾਡੇ ਮਨ 'ਚ ਕੰਸਿਸਟੈਂਸ ਆ ਜਾਏ, ਯੂ ਫੀਲ ਲੋਟਸ ਆਫ ਕੰਸਿਸਟੈਂਸੀ ਇਨ ਯੂਅਰ ਸਿਸਟਮ, ਬੜਾ ਸਕੂਨ ਜਿਹਾ ਮਿਲਦਾ, ਬੜਾ ਮਜ਼ਾ ਜਿਹਾ ਮੈਨੂੰ ਇੱਦਾਂ ਲੱਗੇ ਜਿੱਦਾਂ ਕਿ ਜਿਵੇਂ ਨਾ ਮੇਰੇ ਪੂਰੇ ਬਦਨ 'ਚ ਨਾ ਇੱਕ ਰੌਣਕ ਜੀ ਆਈਦੀ ਆ। ਅਤੇ ਇਹਦੋਂ ਅਵਾਰਡ ਥੋੜ੍ਹੇ ਕੈਲਕੂਲੇਟਿਵ ਵੀ ਹੁੰਦੇ ਆ, ਇਹ 'ਚ ਕੋਈ ਕੈਲਕੂਲੇਸ਼ਨ ਨਹੀਂ, ਇਹ 'ਚ ਬਾਬਾ ਜੀ ਬਸ ਨਾ ਮੂੰਹ ਕਹਿ ਰਹੇ ਨੇ, ਨਾ ਕੋਈ ਸੈਂਟੈਂਸ ਕਹਿ ਰਹੇ ਨੇ, ਉਹ ਵੀ ਪਤਾ ਕਿਸੇ ਅਲੌਕਿਕ ਸ਼ਕਤੀ ਤੋਂ ਉਹ ਵੀ ਲੈ ਕੇ ਆਪਣਾ ਪਿਆਰ ਐਂ ਖੈਰਾਤ 'ਚ ਵੰਡੀ ਜਾ ਰਹੇ ਨੇ ਸਾਰੇ। ਅਤੇ ਸ਼੍ਰੀ ਦਰਬਾਰ ਸਾਹਿਬ ਆਉਣਾ, ਬਲਕਿ ਮੈਂ ਇਹ ਬਹੁਤ ਅੱਛੇ ਨੇਕ ਦਿਲੋਂ ਇੱਕ ਗੱਲ ਕਰ ਰਿਹਾ ਹਾਂ ਕਿ ਮੈਂ ਹੁਣੇ ਬਾਹਰ ਆਸਾਮ ਤੋਂ ਲੋਕ ਆਏ ਦੇ, ਉਜੈਨ ਤੋਂ ਆਏ ਦੇ ਆ, ਔਰ ਇੱਕ ਉਹ ਪਤਾ ਗੁਹਾਟੀ ਤੋਂ, ਕਿੱਥੋਂ ਕਿੱਥੋਂ ਲੋਕਾਂ ਦੇ ਚਿਹਰੇ 'ਤੇ ਰੌਣਕ ਛਾਈਦੀ ਆ, ਮਤਲਬ ਇਹ ਇਹਦੇ ਸਾਹਮਣੇ ਅਵਾਰਡ ਜਿੰਨੇ ਵੀ ਆ ਸਾਰੇ ਫਿੱਕੇ ਪੈ ਜਾਂਦੇ ਆ, ਦਿਸ ਇਜ਼ ਦਾ ਬੈਸਟ। ਮੈਂ ਜਦੋਂ ਟੋਰੋਂਟੋ, ਫਰੈਂਕਫਰਟ ਅਤੇ ਇਜ਼ਰਾਈਲ ਗਿਆ ਸਾਂ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਾਲ, ਤਾਂ ਉਹਨਾਂ ਨੂੰ ਮੈਂ ਜਦੋਂ ਕਿਹਾ ਸੀ ਅਤੇ ਉਹਨਾਂ ਨੂੰ ਦੋ ਚੀਜ਼ਾਂ ਕਹੀਆਂ ਸੀ, ਔਰ ਮੈਨੂੰ ਪਦਮ ਸ਼੍ਰੀ ਔਫਰ ਹੋਇਆ ਸੀ। ਮੈਂ ਕਿਹਾ ਜੀ ਮੈਂ ਆਈ ਵਿਲ ਨੈਵਰ ਐਕਸੈਪਟ ਜਦ ਤੱਕ ਰਾਜਗੁਰੂ ਸੁਖਦੇਵ ਅਤੇ ਭਗਤ ਸਿੰਘ ਹੋਣਾ ਨੂੰ
ਭਾਰਤ ਰਤਨ ਅਨਾਊਂਸ ਨਹੀਂ ਕੀਤਾ ਜਾਂਦਾ, ਮੈਂ ਪਦਮ ਸ਼੍ਰੀ ਐਕਸੈਪਟ ਨਹੀਂ ਕਰੂੰਗਾ। ਅਤੇ ਦੂਜਾ ਮੈਂ ਕਿਹਾ ਸੀ ਜੀ, ਓਫੀਸ਼ਲੀ ਉਦੋਂ ਇਲੈਕਸ਼ਨ ਹੋਣ ਵਾਲੇ ਸੀ, ਮੈਂ ਕਿਹਾ ਅੰਮ੍ਰਿਤਸਰ ਆਪਣੇ ਆਪ 'ਚ ਬਹੁਤ ਹੀ ਸਪਿਰਚੁਅਲ ਨੇਮ ਹੈ, ਪਰ ਇਹਨੂੰ ਓਫੀਸ਼ਲੀ ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਦਰਜਾ ਤਾਂ ਖੈਰ ਮਿਲਿਆ ਹੀ ਆ, ਪਰ ਲਿਖਿਆ ਵੀ ਜਾਣਾ ਚਾਹੀਦਾ ਸਟੇਸ਼ਨਾਂ 'ਤੇ, ਏਅਰਪੋਰਟ 'ਤੇ, ਪੁਰਾਣੀ ਜਗ੍ਹਾ 'ਤੇ, ਕਿਉਂਕਿ ਸਾਹਿਬ ਦਾ ਜਿਹੜਾ ਰੁਤਬਾ ਵਾ ਇਹਦਾ ਹੈ ਹੀ ਹੈ। ਹਾਂਜੀ, ਇਹਦੇ ਇਹ ਅੰਦਰ ਸਿਰਫ ਭਾਵਨਾਵਾਂ ਮੇਰੇ, ਮੈਨੂੰ ਬਸ ਇਹਦਾ ਚਾਅ ਚੜਿਆ ਤਾ, ਮੈਨੂੰ ਨਹੀਂ ਪਤਾ ਕਿ ਮੈਂ ਕੀ ਸੋਚ ਕੇ ਬੋਲਿਆ, ਕੋਈ ਅੰਦਰੋਂ ਕੋਈ ਚੀਜ਼ ਹੈ ਜਿਹੜੀ ਆਪਣੇ ਆਪ ਹੀ ਕੁਛ ਕਹੀ ਜਾ ਰਹੀ ਹੈ। ਸੁਖਵਿੰਦਰ ਜੀ, ਤੁਸੀਂ ਅੰਮ੍ਰਿਤਸਰ ਸ਼ਹਿਰ ਦੇ ਜੰਮਪਲ ਜੇ, ਜਿਹਨੂੰ ਗੁਰੂ ਨਗਰੀ ਅੰਮ੍ਰਿਤਸਰ ਕਿਹਾ ਜਾਂਦਾ ਹੈ, ਜਦੋਂ ਅੱਜ ਤੁਸੀਂ ਇੱਥੇ ਆਏ ਜੇ, ਪੁਰਾਣੀਆਂ ਯਾਦਾਂ ਫਿਰ ਤਾਜ਼ਾ ਹੋਈਆਂ ਜੀ? ਮੈਂ ਕੱਲ੍ਹ ਰਾਤੀ ਗੇੜੀ ਮਾਰੀ ਜੀ ਪ੍ਰਗਤੀ ਦੇ ਨਾਂ 'ਤੇ, ਤਰੱਕੀ ਦੇ ਨਾਂ 'ਤੇ ਰੌਲਾ ਵੀ ਪੈ ਗਿਆ, ਕਾਫੀ ਕਰਾਊਡ ਹੋ ਗਿਆ, ਅਤੇ ਉਹ ਸਾਹ ਲੈਣ ਦੇ ਰਾਹ ਵੀ ਬੰਦ ਹੋਏ ਪਏ ਨੇ। ਹਾਂਜੀ, ਉਹ ਜਿਹੜਾ ਤੁਹਾਨੂੰ ਧੂਰ ਤੱਕ ਜਿਹੜੀ ਚੀਜ਼ ਨਜ਼ਰ ਆਉਂਦੀ ਸੀ, ਹੁਣ ਉਹ ਬੰਦ ਹੋ ਗਈ ਆ, ਅਤੇ ਇਹਨੂੰ ਤਾਂ ਖੈਰ ਹਰ ਸ਼ਹਿਰ ਇਸ ਵਿਕਾਸ ਦੇ ਨਾਂ 'ਤੇ। ਕੱਲ੍ਹ ਮੈਂ ਥੋੜ੍ਹਾ ਜਿਹਾ ਥੋੜ੍ਹੀ ਤਕਲੀਫ ਹੋਈ ਮੈਨੂੰ, ਪਰ ਇੱਕ ਚੀਜ਼ ਜਿਹੜੀ ਇਹ ਸ਼ਹਿਰ ਦੀ ਖਾਸ ਹੈ, ਇੱਥੋਂ ਦੇ ਜਿਹੜੇ ਬਾਸ਼ਿੰਦੇ ਨੇ ਦਿਲਦਾਰ ਬੜੇ ਨੇ, ਉਹ ਬੜੇ ਸੋਹਣੇ ਸਲੱਖਣੇ ਆ, ਬੜੇ ਸੋਹਣੇ ਸਲੱਖਣੇ, ਚਮਕਦੇ ਨੇ, ਰੌਣਕ ਅਤੇ ਟਕਸਾਲੀ ਸੁਭਾਅ ਨੇ, ਚੌੜਾ ਸੀਨਾ, ਅਤੇ ਮਤਲਬ ਜਿਹੜੀ ਗੱਲ ਕਹਿਣੀ ਉਹ ਟਕਾ ਕੇ ਕਹਿਣੀ ਹੈ, ਦੋਗਲੀ ਗੱਲ ਇਹਨਾਂ ਤੋਂ ਹੁੰਦੀ ਨਹੀਂ ਹੈ। ਸੁਖਵਿੰਦਰ ਸਿੰਘ ਜੀ, ਤੁਸੀਂ ਬੜੇ ਲੰਮੇ ਸਮੇਂ ਤੋਂ ਬਾਲੀਵੁੱਡ 'ਚ ਗਏ ਜੇ, 3-4 ਦਹਾਕਿਆਂ ਤੋਂ ਉੱਥੇ ਰਹਿ ਰਹੇ ਜੇ, ਤੁਸੀਂ ਅੱਜ ਵੀ ਬੜੀ ਠੇਠ ਪੰਜਾਬੀ ਬੋਲ ਰਹੇ ਹੋ, ਸਾਡੇ ਤੋਂ ਵੀ ਸ਼ੁੱਧ ਪੰਜਾਬੀ ਬੋਲ ਰਹੇ ਹੋ, ਇਹਦਾ ਕੀ ਕਾਰਨ? ਤੁਸੀਂ ਉੱਥੇ ਅਕਸਰ ਸਮੇਂ 'ਤੇ ਪੰਜਾਬੀ 'ਚ ਗੱਲਬਾਤ ਕਰਦੇ ਰਹਿੰਦੇ ਹੋ? ਦੇਖੋ ਜੀ, ਆਪਣਾ ਸਾਲ 'ਚ ਇੱਕ ਵਾਰੀ ਤਾਂ ਟੋਰੋਂਟੋ ਜਾਣ ਦਾ ਮੌਕਾ ਮਿਲਦਾ ਹੀ ਆ, ਬਾਕੀ ਅਮੈਰੀਕਾ ਵੀ ਸ਼ੋਅਸ ਹੁੰਦੇ ਰਹਿੰਦੇ ਨੇ ਹਰ ਜਗ੍ਹਾ, ਵੈਨਕੂਵਰ ਵੀ ਹੁੰਦੇ ਆ, ਅਤੇ ਜਿਹੜਾ ਵੈਨਕੂਵਰ ਅਤੇ ਟੋਰੋਂਟੋ ਜਿਹੜੇ ਮੁੰਬਈ ਰਹਿਣ ਵਾਲੇ ਜਾਂ ਉੱਤਰ ਪ੍ਰਦੇਸ਼ ਜਾਂ ਕਿਤੇ ਰਹਿੰਦੇ, ਉਹ ਹਫ਼ਤਾ ਇੱਕ ਚਲੇ ਜਾਏ ਨਾ, ਉਹਦੀ ਪੰਜਾਬੀ ਉੱਦਾਂ ਹੀ ਸ਼ੁੱਧ ਹੋ ਜਾਂਦੀ ਹੈ। ਅਤੇ ਮੈਂ ਤਾਂ ਖੈਰ ਆਈ ਗੈਟ ਅਪਰਚੁਨਿਟੀ, ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਜ਼ਿਟ ਮੇਰਾ ਹੁੰਦਾ ਵਾ, ਕਦੀ ਕਦੀ ਮੈਂ ਇੱਥੇ ਆ ਕੇ ਇੱਥੇ ਸ਼੍ਰੀ ਦਰਗਾਹ ਦੇ ਵੀ ਦਰਸ਼ਨ ਕਰਦਾ ਵਾਂ, ਸ਼੍ਰੀ ਦਰਬਾਰ ਸਾਹਿਬ ਵੀ ਆਉਂਦਾ ਵਾਂ, ਮੇਰਾ ਕਈ ਜਗ੍ਹਾ 'ਤੇ ਮਨ ਹੈਗਾ ਵਾ ਜਿੱਥੇ ਮੈਂ ਆਪਣਾ ਆਰਾਮ ਨਾਲ ਜਿੱਦਾਂ ਸੰਗਤ ਹੁੰਦੀ ਉੱਦਾਂ ਹੀ ਆ ਕੇ ਦਰਸ਼ਨ ਕਰਕੇ ਚੁੱਪਚਾਪ ਦਰਸ਼ਨ ਕਰਕੇ ਹਾਂ ਚਲੇ ਜਾਂਦੇ ਹਾਂ। ਅਤੇ ਇਹ ਜਦੋਂ ਇੱਥੇ ਮੈਂ ਐਂਟਰੀ ਕਰਦਾ ਵਾਂ ਅਤੇ ਮੇਰਾ ਐਕਸੈਂਟ ਅਤੇ ਮੇਰਾ ਸੁਭਾਅ ਉਹ ਫਿਰ ਟਕਸਾਲੀ ਹੋ ਜਾਂਦਾ, ਫਿਰ ਉੱਦਾਂ ਦਾ ਬਣ ਜਾਂਦਾ। ਫਿਰ ਉੱਥੇ ਜਦੋਂ ਮੁੰਬਈ ਜਾਵਾਂਗੇ ਉੱਥੇ ਵੀ ਐਕਚੁਅਲੀ ਪੂਰੀ ਸਾਡੀ ਫਿਲਮ ਇੰਡਸਟਰੀ ਤਾਂ ਹੈ ਤਾਂ ਪੰਜਾਬੀ ਹੈ, ਹੈ ਤਾਂ ਪੰਜਾਬੀ, ਲੇਕਿਨ ਉੱਥੇ ਹਿੰਦੀ ਭਾਸ਼ਾ ਇਸ ਕਰਕੇ ਹੋਣਾ ਪੈਂਦਾ ਕਿ ਹਿੰਦੀ ਫਿਲਮਾਂ ਦਾ ਕੰਮ ਚੱਲਦਾ। ਬਟ ਉਹ ਫਿਰ ਆਪਣਾ ਸਰਦਾਰੀ ਤਾਂ ਫਿਰ ਅੰਦਰ ਹੈ ਹੀ ਹੈ ਨਾ, ਫਿਰ ਜੇ ਪੰਜਾਬੀ ਨਹੀਂ ਬੋਲਣੀ ਤਾਂ ਫਿਰ ਕੀ ਬੋਲਣਾ। ਜਿਹੜੇ ਨਵੇਂ ਗਾਇਕ ਅੱਜ ਕੱਲ੍ਹ ਦੇ ਉੱਠ ਰਹੇ ਨੇ ਪੰਜਾਬ ਤੋਂ ਜਾਂ ਹੋਰ ਸ਼ਹਿਰਾਂ ਤੋਂ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ, ਉਹਨਾਂ ਨੂੰ ਕੀ ਮਿਹਨਤ ਕਰਨੀ ਚਾਹੀਦੀ ਆ? ਪਹਿਲਾਂ ਆਪਣੇ ਆਪ ਨੂੰ ਖਾਲਸਾ ਜੀ ਆਈਡੈਂਟੀਫਾਈ ਕਰਨਾ ਬਹੁਤ ਜ਼ਰੂਰੀ ਆ, ਹੋ ਸਕਦਾ ਉਹਨਾਂ 'ਚ ਕਿਸੇ 'ਚ ਹੋਰ ਗੁਣ ਹੋਵੇ, ਅਤੇ ਬਸ ਇਸ ਕਰਕੇ ਨਾ ਗਾਈ ਜਾਈਏ ਕਿ ਚਲੋ ਸੁਖਵਿੰਦਰ ਗਾਉਂਦਾ ਤਾਂ ਮੈਂ ਵੀ ਗਾਉਣਾ, ਮੈਨੂੰ ਵੀ ਔਸਕਰ ਮਿਲਣਾ ਚਾਹੀਦਾ। ਸੁਭਾਅ ਹੋਣਾ ਚਾਹੀਦਾ, ਮੇਰੇ 'ਚ ਖੇਡਾਂ ਦਾ ਸੁਭਾਅ ਬਹੁਤ ਹੈ, ਮੈਂ 100 ਮੀਟਰ ਰਨਰ ਵੀ ਰਹਿਵਾਂ, ਮੇਰੇ ਅੰਦਰ ਸਪੋਰਟਸ ਬਹੁਤ ਹੈ। ਮੈਂ ਜਦੋਂ ਮਹਿਲਾ ਹਾਕੀ ਟੀਮ ਜਿੱਤੀ ਆ, ਮਹਿਲਾ ਹਾਕੀ ਟੀਮ ਜਿਹੜੀ ਜਿੱਤੀ ਆ, ਉਹਨਾਂ ਸਾਰਿਆਂ ਨੂੰ ਆਪਣੇ ਆਪਣੇ ਪਿੰਡਾਂ ਤੋਂ, ਪੂਰੇ ਇੰਡੀਆ ਤੋਂ, ਭਾਰਤ ਤੋਂ ਬੁਲਾ ਕੇ ਏਅਰਪੋਰਟਾਂ ਤੱਕ ਪਹੁੰਚਾ ਕੇ ਫਿਰ ਉਹਨੂੰ ਹੋਟਲ 'ਚ ਸਟੇਅ ਕਰਨਾ ਮੁੰਬਈ, ਫਿਰ ਸਾਰਿਆਂ ਨੂੰ ਅਸੀਂ 50-50 ਹਜ਼ਾਰ, ਚਲੋ ਰਕਮ ਬੋਲਣੀ ਉਹ ਥੋੜ੍ਹਾ ਜਿਹਾ ਸ਼ਰਮ ਜੀ ਆ ਰਹੀ ਹੈ, ਲੇਕਿਨ 18 ਪਲੇਅਰਾਂ ਨੂੰ, ਪਲੇਅਰ ਗਰਾਊਂਡ 'ਚ 11 ਖੇਡੇ ਸੀ ਕੁੜੀਆਂ, 18 ਪਲੇਅਰ ਨੂੰ ਸਨਮਾਨਿਤ ਕੀਤਾ, ਨਾਲ ਸੇਵਾ ਕੀਤੀ ਅਲੱਗ। ਮੇਰੇ ਅੰਦਰ ਖੇਡ ਬਹੁਤ ਹੈ, ਲੇਕਿਨ ਮੇਰੇ ਅੰਦਰ ਸੁਰਾਂ ਦਾ ਇੱਥੋਂ ਸ਼੍ਰੀ ਦਰਬਾਰ ਸਾਹਿਬ ਤੋਂ ਜੁੜ ਗਿਆ ਸੀ ਸੁਭਾਅ, ਉਹ ਵੀ ਗਿਆ ਨਹੀਂ। ਤਾਂ ਉਹਨਾਂ ਨੂੰ ਪਹਿਲਾਂ ਆਪਣੇ ਆਪ ਨੂੰ, ਜਿਹੜੇ ਅਪਕਮਿੰਗ ਸਿੰਗਰਸ ਨੇ, ਉਹਨਾਂ ਨੂੰ ਆਈਡੈਂਟੀਫਾਈ ਕਰਨਾ ਚਾਹੀਦਾ ਕਿ ਅਸੀਂ ਵਾਕਈ ਹੀ ਅੱਛਾ ਗਾਉਂਦੇ ਹਾਂ, ਨਹੀਂ ਤਾਂ ਇੱਦਾਂ ਤਾਂ ਪਹਿਲੀਆਂ ਵੇਚ ਵੇਚ ਕੇ ਗਾ ਕੇ ਤਾਂ ਫਾਇਦਾ ਨਹੀਂ। ਫਿਰ ਸਤਿਗੁਰੂ ਨਾਨਕ ਜੀ ਦੇ ਜਿਹੜਾ ਉਹਨਾਂ ਦੀ ਸ਼ਰਧਾ ਲਈ ਭਗਤਾਂ ਦੀ ਬਾਣੀ ਹੈ, ਨਾਨਕ ਆਇਆ ਨਾਨਕ ਆਇਆ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ ਨਾਨਕ ਆਇਆ,
ਸੁਣੀ ਪੁਕਾਰ ਦਾਤਰ ਪ੍ਰਭ। ਇਹ ਪ੍ਰਭਾਤ ਫੇਰੀ 'ਚ ਗਾਉਂਦੇ ਆ। ਇੱਕ ਬੰਦਾ ਪਹਿਲੋਂ ਲੈ ਕੇ ਹੱਥ 'ਚ ਆਪਣੀ ਡਫਲੀ ਅਤੇ ਡਫ, ਨਾਨਕ ਆਇਆ ਨਾਨਕ ਆਇਆ ਨਾਨਕ ਆਇਆ, ਫਿਰ ਸਾਧ ਸੰਗਤ ਗਾਉਂਦੀ ਆ, ਨਾਨਕ ਆਇਆ ਨਾਨਕ। ਮੈਂ ਇੱਕ ਜੱਥਾ ਦੇਖਿਆ ਜੀ ਇਸਲਾਮੀਆਂ ਦਾ, ਮੁਸਲਮਾਨਾਂ ਦਾ ਜੀ, ਉਹ ਪ੍ਰਭਾਤ ਫੇਰੀ 'ਚ ਇੱਕ ਸ਼ਬਦ ਨੂੰ ਗਾਉਂਦੇ ਆ। ਸਿੰਧੀਆਂ ਨੂੰ, ਅਸਾਮੀਆਂ ਨੂੰ, ਮੈਂ ਆਪਣਾ ਬਦਰੀਨਾਥ 'ਚ ਐਡਾ ਸੀਨਾ ਚੌੜਾ ਹੁੰਦਾ ਤਾਂ ਜਾ ਕੇ ਲੱਗਦਾ ਕਿ ਆਈ ਪ੍ਰਾਊਡ ਟੂ ਬੀ ਸਿੱਖ, ਹੈਂ, ਇੰਨਾ ਮਨ ਬਣਦਾ। ਅਤੇ ਇਹ ਬਾਣੀ ਜਿਹੜੀ, ਇਹਨੂੰ ਗਾਉਣ ਦੀ ਨਹੀਂ ਕੋਸ਼ਿਸ਼ ਕੀਤੀ ਗਈ, ਇਹ ਸਿਰਫ ਮਹਿਸੂਸ ਕਰਨ ਦੀ ਚੀਜ਼ ਹੈ। ਜਦੋਂ ਤੁਸੀਂ ਸੁਣੋਗੇ ਤੁਹਾਡੇ ਵੀ ਮਨ ਨੂੰ ਚਾਅ ਚੜੇਗਾ, ਤੁਹਾਡਾ ਵੀ ਦਿਲ ਕਰੇਗਾ ਗਾਉਣ ਨੂੰ। ਔਰ ਇਹਦੀ ਪ੍ਰਮੋਸ਼ਨ ਦੇ ਪਿੱਛੇ ਕੋਈ ਅਸੀਂ ਹੱਥ ਪੈਰ ਨਹੀਂ ਮਾਰਨੇ, ਇਹ ਮਸ਼ਹੂਰੀ ਜਾਂ ਪੈਸਾ ਕਮਾਉਣ ਦਾ ਨਹੀਂ ਸਾਧਨ, ਇਹ ਸਿਰਫ ਹਾਂਜੀ ਹਾਂ ਹਾਂਜੀ ਹਾਂਜੀ ਉਹਨਾਂ ਦੇ ਕਿੰਨੇ ਨਾਮ ਨੇ ਬਾਬਾ ਜੀ ਦੇ, ਨਾਨਕ ਪੀਰ ਬਾਬਾ ਜੀ, ਹੈਂ। ਅਤੇ ਉੱਥੇ ਹਰ ਜਗ੍ਹਾ ਕਿੱਥੇ ਕਿੱਥੇ, ਮੈਂ ਜੀ ਰਾਜਗੀਰ ਗਿਆ ਜੀ, ਰਾਜਗੀਰ ਜਦੋਂ ਉੱਥੇ ਪਾਣੀ ਉੱਬਲ ਲਾ ਪਿਆ, ਲਾਵਾ ਬਣ ਗਿਆ, ਲੋਕ ਉਹ ਬਿਹਾਰ 'ਚ ਉੱਥੇ ਰਾਜਗੀਰ ਲਾਵਾ ਉੱਬਲ ਲਾ ਪਿਆ, ਅਤੇ ਉੱਥੇ ਲੋਕਾਂ ਤੋਂ ਪਿਆਸੇ ਮਰਨ ਲੱਗ ਪਏ। ਬਾਬਾ ਜੀ ਕਿੰਨੀ ਯਾਤਰਾਵਾਂ ਕਿੰਨੀਆਂ ਕੀਤੀਆਂ, ਕਿੰਨੀਆਂ, ਮੈਨੂੰ ਤਾਂ ਲੱਗਦਾ ਸਾਡੇ ਸਿੱਖ ਸਮਾਜ 'ਚ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਜਿਹੜਾ ਸੰਗੀਤ ਜਿਹੜਾ ਵਾ, ਹਾਂ, ਜਿਹੜੇ ਕਿਸੇ ਧਰਮ ਦਾ ਵਨ ਆਫ ਦਾ ਇੰਪੋਰਟੈਂਟ ਕੰਟੈਂਟ ਬਣਿਆ, ਤਾਂ ਉਹ ਗੁਰੂ ਸਾਹਿਬ ਤੋਂ ਹੀ ਸ਼ੁਰੂ ਹੋਇਆ। ਤਾਂ ਉੱਥੇ ਜਾ ਕੇ ਉਹਨਾਂ ਨੂੰ ਉੱਬਲਦੇ ਪਾਣੀ ਦੇ ਵਿੱਚ ਉਹਨਾਂ ਨੇ ਜਾ ਕੇ ਉਸ ਸਰੋਵਰ 'ਚ ਚਲੇ ਗਏ। ਅੱਜ ਵੀ ਉਹ ਪਾਣੀ ਉੱਬਲਦਾ, ਲੇਕਿਨ ਜਦੋਂ ਤੁਸੀਂ ਹੱਥ ਪਾਉਂਦੇ ਤਾਂ ਪਾਣੀ ਠੰਡਾ। ਕਿੰਨਾ ਕੁਛ ਤਾਂ ਕੀਤਾ ਉਹਨਾਂ ਨੇ, ਕੀ ਉਹਨਾਂ ਦੇ ਬਾਰੇ ਬਾਣੀ ਗਾਉਣਾ, ਅਤੇ ਆਪਣੇ ਅੰਦਰੋਂ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਖਤਮ ਕਰਨ ਵਾਲੀ ਗੱਲ ਹੈ। ਇਹ ਸਾਇੰਟੀਫਿਕਲੀ ਵੀ ਪ੍ਰੋਸੈਸ ਹੈ। ਸੁਖਿੰਦਰ ਸਿੰਘ ਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਾਂ, ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ। ਗੁਰੂ ਨਾਨਕ ਸਾਹਿਬ ਨੂੰ ਐਜ ਏ ਰਹਿਬਰ, ਮਨੁੱਖਤਾ ਦੇ ਰਹਿਬਰ, ਸਿੱਖਾਂ ਦੇ ਗੁਰੂ, ਸਿੱਖ ਧਰਮ ਦੇ ਬਾਨੀ ਕਰਕੇ ਜਾਣਿਆ ਜਾਂਦਾ। ਗੁਰੂ ਨਾਨਕ ਸਾਹਿਬ ਦਾ ਉਹ ਪੱਖ ਸ਼ਾਇਦ ਅਜੇ ਸਾਹਮਣੇ ਨਹੀਂ ਆਉਂਦਾ ਵੀ ਉਹ ਕਿੱਡੇ ਵਧੀਆ ਗਾਉਂਦੇ ਸਨ। ਜਦੋਂ ਭਾਈ ਮਰਦਾਨੇ ਨੂੰ ਨਾਲ ਲੈ ਕੇ, ਰਬਾਬ 'ਤੇ ਨਾਲ ਲੈ ਕੇ ਗੁਰੂ ਸਾਹਿਬ ਸ਼ਬਦ ਗਾਉਂਦੇ ਸਨ, ਉਦੋਂ ਹੀ ਸੰਗਤਾਂ ਉਹਨਾਂ ਦੇ ਦੁਆਲੇ ਇਕੱਤਰ ਹੁੰਦੀਆਂ ਸਨ ਅਤੇ ਉਹ ਪ੍ਰਚਾਰ ਕਰਦੇ ਸਨ। ਉਹ ਪੱਖ ਗੁਰੂ ਸਾਹਿਬ ਦਾ ਅਜੇ ਸਾਹਮਣੇ ਨਹੀਂ ਆਉਂਦਾ ਜਿੰਨਾ, ਕਿਉਂਕਿ ਉਹ ਬਹੁਤ ਵੱਡੇ ਮਹਾਨ ਗਾਇਕ ਵੀ ਸਨ। ਮੈਨੂੰ ਇੱਕ ਵਾਰੀ ਇਹ ਗੱਲ ਚੱਲਦੀ ਸੀ, ਗੁਲਜ਼ਾਰ ਸਾਹਿਬ ਬੈਠੇ ਸੀ ਅਤੇ ਇੱਕ ਸਟੇਟਮੈਂਟ ਲਿਖੀ ਦੀ ਆ ਗਾਲਿਬ ਦੀ, ਗਾਲਿਬ ਸਾਹਿਬ ਵੀ ਚਲੋ ਕਹਿ ਦੇਣਾ ਚਾਹੀਦਾ, ਉਹਨਾਂ ਦਾ ਵੀ ਰੁਤਬਾ ਬੜਾ ਸੀ। ਗਾਲਿਬ ਸਾਹਿਬ ਦੀ ਇੱਕ ਸਟੇਟਮੈਂਟ ਲਿਖੀ ਹੋਈ ਆ, ਅਤੇ ਉਹ ਹੈਗੀ ਆ ਉੱਤਰਾਂਚਲ 'ਚ ਇੱਕ ਜਗ੍ਹਾ, ਸਟੇਟਮੈਂਟ 'ਤੇ ਲਿਖਿਆ ਕਿ ਦੁਨੀਆ, ਅਗਰ ਕੋਈ ਸ਼ਾਇਰ ਦੁਨੀਆ 'ਚ, ਸ਼ਾਇਰ ਜਿਹੜੇ ਨੇ ਉਹ ਸ਼ਾਇਰੀ ਸੁਣਾਉਂਦੇ ਨੇ, ਪਰ ਸ਼ਾਇਰ ਕੋਈ ਅਗਰ ਸ਼ੇਰ ਪੜ੍ਹਦਾ ਨਾ ਤਾਂ ਉਹ ਬਾਬੇ ਨਾਨਕ ਦਾ, ਬਾਬੇ ਨਾਨਕ ਜੀ, ਮਤਲਬ ਉਹ ਕਵੀ ਦੇ ਤੌਰ 'ਤੇ, ਮਤਲਬ ਇਸ ਬ੍ਰਹਿਮੰਡ ਦੇ ਸਭ ਤੋਂ ਵੱਡੇ ਹੋਏ ਨੇ। ਰਵਿੰਦਰਨਾਥ ਟੈਗੋਰ ਜੀ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਨੈਸ਼ਨਲ ਸੌਂਗ ਲਿਖੇ ਨੇ ਅਤੇ ਤੁਸੀਂ ਕੋਈ ਉਹਦੇ ਇਲਾਵਾ ਹੋਰ ਕੋਈ ਤਿਆਰੀ ਕਰ ਸਕਦੇ, ਕੋਈ ਸਾਇੰਸ ਬਾਰੇ ਗੱਲ ਕਹੋ, ਕਿਤੋਂ ਤੋਂ ਬਾਬੇ ਨਾਨਕ ਨੇ ਕਰ ਵੀ ਦਿੱਤੀ ਸਾਢੇ 500 ਸਾਲ ਪਹਿਲਾਂ। ਹਾਂਜੀ, 550 ਸਾਲ ਕਰਦੀ ਸੀ, ਅਤੇ ਉਹਨਾਂ ਦਾ ਬੜਾ ਪ੍ਰਤਾਪ ਆ ਜੀ। ਦਿਲ 'ਤੇ ਕਰਦਾ ਹੈ ਜੀ ਸੁਖਵਿੰਦਰ ਸਿੰਘ ਜੀ ਨਾਲ ਗੱਲਾਂ ਕਰੀ ਜਾਈਏ, ਪਰ ਇਹਨਾਂ ਦੇ ਰੁਝੇਵੇਂ ਨੇ। ਸੋ ਇਹਦੇ ਨਾਲ ਹੀ ਮੈਂ ਜਿੱਥੇ ਸੁਖਵਿੰਦਰ ਸਿੰਘ ਜੀ ਨੂੰ ਇਸ ਸ਼ਬਦ ਗਾਇਨ, ਬਹੁਤ ਖੂਬਸੂਰਤ ਸ਼ਬਦ ਗਾਇਨ ਲਈ ਵਧਾਈ ਦਿੰਦਾ, ਉੱਥੇ ਨਾਲ ਹੀ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਸਾਡੇ ਅਜੀਤ ਵੈੱਬ ਟੀਵੀ ਦੇ ਪਾਠਕਾਂ ਦੇ ਨਾਲ ਗੱਲਬਾਤ ਕੀਤੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।